अस्सलाम वालेकुम वेलियो, की हाल चाल है? खैर खरीयत नाल है? उम्मीद करांगा कि सारे वेखण वाले ठीक होणगे ते खरीयत नाल होणगे। दोस्तों मौजूद है गया चक नंबर 175 जिम्बे कोड़ी दी चौक थाना मोची वाला जिला चंग बाबे शेर बहादुर दे डेरे ते आ। दोस्तों नूं घोड़ियां विखाने आ, इहनां दी डिटेल शेयर करदे आ, नाले खुरम भाई दा राबता नंबर शेयर कर दिंदे आ। आओ जी वेंदे आ घोड़ियां ते तफसील इहनां दी दोस्तां नाल शेयर करदे आ। वन बाई वन आपां इहनां दी तफसील लै लैंदे आ ते डिटेल दोस्तां नाल शेयर कर दिंदे आ। लो वेलियो, माशाल्लाह खूबसूरत कुमैत पांच कल्याण घोड़ी बछेरी। अच्छा खीरी बच्ची है जी। ठीक ठीक ठीक, लो बेलियो नज़र मारो इनू, लो बेलियो हत्था पैरों नू मारो नज़र, हत्था पैरों दी साफ। कुमैत पांच कल्याण जी, सवारी दी किवें दी है? सवारी दी साफ जी, ताल साठ खमा लाए दित्ता। चल बाजी ओ ताल आ, ताल आ, ताल आ पुत्र। माशाल्लाह जी, टोरे वाली बछेरी जे इहदी सवारी चेक करो। माशाल्लाह सवार भी मेरे हर ढेर सारा है असल। माशाल्लाह जी, चंगा टोरा बछेरी दे कोल, कमाल दा। लिया भाई रोक ला, हूँ इतना रोक ला, रोक ला शूटर टाइम। माशाल्लाह ध्यान करी, ध्यान करी। बिस्मिल्लाह बिस्मिल्लाह। खुरम की उम्र है? खीरी बच्ची है जी। खीरी बच्ची है जी। अच्छा रंग की है? चंबा पांच कल्याण जी। चंबा पांच कल्याण जी। हाँ मत्था देख लो, मत्था साफ, कान जोड़, हत्था पैरों की साफ जी। मूँह पट्टी बला वेखो जी, वेखो खीरी है जी। ਕਾਦ ਕਿਤਨਾ ਕੇ ਦਾ ਕਾ? ਤਕਰੀਬਨ 58-60 ਇੰਚ ਉਸ ਜੀ। ਅਜੇ ਤਾਂ ਬੱਚੀ ਹੈ ਨਾ ਜੀ। ਅੱਛਾ ਉਮਰ ਦੇ ਲਿਆ ਨਾਲ ਕਾਦ ਹੀ ਵਧਦਾ ਨਾ। ਅੱਛਾ ਠੀਕ ਠੀਕ ਠੀਕ। ਉਹ ਹੱਥਾਂ ਪੈਰਾਂ ਦੀ ਸਾਫ, ਮੱਥਾ ਸਾਫ ਜੀ। ਅੱਛਾ ਉਹ ਹੀ ਸਪੀਟਰ ਚਾਲਬਾਜ਼ ਹੈ ਜੀ। ਇਹ ਕਿੱਡਾ ਕਾਰ ਕਰ ਜਾ? ਕਾ ਤਕਰੀਬਨ 62-63 ਕਰ ਜਾ ਸੀ ਜੀ। ਅਜੇ ਤਾਂ ਬੱਚੀ ਹੈ ਨਾ, ਉਮਰ ਹੀ ਤਾਂ ਵੇਖੋ ਨਾ ਜੀ। ਜੀ ਤੇ ਖੁਰਮ ਇਹ ਦੱਸ ਭਈ ਇਹਦੀ ਡਿਮਾਂਡ ਕੀ ਕਰਦਾ ਮੈਂ? ਡਿਮਾਂਡ 5 ਲੱਖ ਰੁਪਇਆ ਜੀ। 5 ਲੱਖ ਰੁਪਇਆ ਰਹਿਤ ਹੋ ਜਾ ਜੀ? ਜ਼ਰੂਰ ਰਹਿਤ ਹੋ ਜਾ ਸੀ। ਅੱਛਾ ਹਾਂਜੀ, ਲਾ ਵੇਲੀਓ ਖੁਰਮ ਦੀ ਦੂਸਰੀ ਘੋੜੀ ਤੁਸੀਂ ਵੇਖ ਸਕਦੇ ਹੋ। ਮਾਸ਼ਾਅੱਲਾ ਇਹ ਵੀ ਟੋਰੇ ਵਾਲੀ ਘੋੜੀ ਹੈ, ਪੰਜ ਕਲਿਆਣ ਹੈ। ਦੋਸਤੋ ਇਹਨੂੰ ਤੱਕ ਮਾਰ ਲਓ, ਇਹਦੀ ਤਫਸੀਲ ਆਪਾਂ ਖੁਰਮ ਕੋਲ ਲੈ ਲੈਂਦੇ ਹਾਂ ਜੀ। ਮਾਸ਼ਾਅੱਲਾ ਮਾਸ਼ਾਅੱਲਾ ਜੀ, ਟੋਰਾ ਵੇਖ ਸਕਦੇ ਹੋ ਤੁਸੀਂ ਗੋੜੀ ਦਾ।
ਮਾਸ਼ਾਅੱਲਾ ਚੰਗੇ ਪੈਰ ਕੱਢਦੀ ਜਾਂਦੀ ਹੈ। ਮਾਸ਼ਾਅੱਲਾ ਜੀ ਸੋਹਣੀ ਛਾਲ ਬਾਜ਼ ਬਿਆਨ ਹੈ ਜੀ ਘੋੜੀ ਮਾਸ਼ਾਅੱਲਾ। ਲਓ ਵੈਲੀ ਘੋੜੀ ਦੇ ਹੱਥਾਂ ਪੈਰਾਂ ਨੂੰ ਨਜ਼ਰ ਮਾਰ ਲਓ, ਘੋੜੀ ਦਾ ਟੋਰਾ ਤੁਸੀਂ ਚੈੱਕ ਕਰ ਲਿਆ, ਅਗਲੀਆਂ ਪਿਛਲੀਆਂ ਗਮਚੀਆਂ ਨੂੰ ਮੁੱਠਿਆਂ ਨੂੰ ਤੱਕ ਬਵਾ ਲਓ, ਪੁੱਠਿਆਂ ਨੂੰ ਇੱਕ ਮੇਰਾ ਸ਼ਗਿਰਦ ਫਿਰ ਰਿਹਾ, ਇਸ ਮੈਨੂੰ ਬੜਾ ਤੰਗ ਕੀਤਾ ਅੱਜ, ਤੇਰੇ ਤੋਂ ਮੈਂ ਅੱਜ ਬੜਾ ਤੰਗ ਹਾਂ ਯਕੀਨ ਕਰ। ਬੈਗ ਤੇਰੀ ਵਜ੍ਹਾ ਨਾਲ ਮੈਂ ਉੱਤੇ ਟੰਗ ਕੇ ਆਇਆ, ਲੁਕਾ ਕੇ ਆਇਆ ਵੀ ਤੂੰ ਹੱਥ ਮਾਰਦਾ ਉਹਦੇ ਵਿੱਚ ਹੱਸਦਾ। ਲਓ ਵੇਲੀ ਮੱਥਾ ਵੇਖੋ ਜੀ ਸਾਫ਼ ਹੈ ਬਿਲਕੁਲ, ਆਪਣੀ ਤਸੱਲੀ ਕਰੋ ਜੀ। ਮਾਸ਼ਾਅੱਲਾ ਉਹ ਪੱਟੀ ਤੇਰਾ ਉਮਰ 5 ਸਾਲ ਜੀ, ਥੱਲੀ ਕਰ ਲਓ। ਲਓ ਬੇਲੀ ਉਮੈਦ 5 ਕਲੀਆਂ ਆਣ ਨੇ ਜੀ। ਖੁਰਮ ਗੋੜੀ ਦੀ ਕੀ ਉਮਰ ਹੈ? 5 ਸਾਲ ਜੀ। 5 ਸਾਲ ਇਹਦਾ ਰੰਗ ਕੀ ਹੈ? ਚੰਬਾ 5 ਕਲੀਆਂ ਜੀ। ਚੰਬਾ 5 ਕਲੀਆਂ ਜੀ। ਮੱਥਾ ਗੋੜੀ ਦਾ? ਮੱਥਾ ਬਿਲਕੁਲ ਸਾਫ਼, ਕੰਨ ਜੋੜ ਜੀ। ਅੱਛਾ ਜੀ। ਪਿਓਰ ਦੇਸੀ ਗੋੜੀ? ਜੀ ਹਾਂ ਦੇਸੀ ਗੋੜੀ। ਅੱਛਾ ਸਵਾਰੀ ਦੀ? ਸਵਾਰੀ ਦੀ ਬਿਲਕੁਲ ਸਾਫ਼ ਜੀ, ਚਾਲਬਾਜ਼ ਹੈ ਜੀ। ਚਾਲਬਾਜ਼ ਹੈ। ਇਹ ਦੱਸੀ ਵੀ ਕੋਈ ਸੂਆ ਸੂਈ ਹੋਈ ਹੈ? ਜੀ ਹਾਂ ਸੂਈ ਹੋਈ ਹੈ, 2 ਸੂਏ ਸੂਈ ਹੋਈ ਜੀ। ਹੁਣ ਗੱਬਣੇ ਜੇ ਖਾਲੀ? ਇਹ ਫਿਲਹਾਲ ਖਾਲੀ ਹੈ ਜੀ। ਫਿਲਹਾਲ ਖਾਲੀ ਹੈ ਜੀ। ਇਹਦਾ ਕੱਦ ਕਿਤਨਾ? ਕੱਦ ਤਕਰੀਬਨ 60 ਇੰਚ ਸੀ ਜੀ। ਇੰਚ ਤੇ ਮਾਰ ਲਈਏ? ਮਾਰ ਲਓ ਜੀ। ਜ਼ਰੂਰ ਪਿਆਰ ਮੁਹੱਬਤ ਹੱਥਾਂ ਪੈਰਾਂ ਦੀ ਸਾਫ਼ ਜੀ, ਮੱਥਾ ਬਿਲਕੁਲ ਸਾਫ਼, ਤੁਸੀਂ ਜੋ ਕੁਛ ਸੋਹਣੀ ਕੋਟ ਤੁਹਾਡੇ ਸਾਹਮਣੇ ਖਾਲੀ ਹੈ ਜੀ। ਲਓ ਵੇਲੀਓ ਮਾਸ਼ਾਅੱਲਾ ਖੂਬਸੂਰਤ ਘੋੜੀ ਆ ਸੱਜਣੋ, ਇਹਦੇ ਹੱਥਾਂ ਪੈਰਾਂ ਨੂੰ ਨਜ਼ਰ ਮਾਰ ਲਓ ਅਤੇ ਬਾਕੀ ਤਫਸੀਲ ਆਪਾਂ ਖੁਰਮ ਕੋਲ ਲੈ ਲੈਂਦੇ ਹਾਂ ਇਹਦੀ। ਮਾਸ਼ਾਅੱਲਾ ਹੱਥਾਂ ਪੈਰਾਂ ਦੀ ਘੋੜੀ ਸਾਫ਼ ਹੈ, ਪੁੱਠਿਆਂ ਨੂੰ ਨਿਗਾਹ ਮਾਰ ਲਓ, ਮਾਸ਼ਾਅੱਲਾ ਇਹਨੂੰ ਤੱਕ ਮਾਰੋ ਅਤੇ ਇਹਦੀ ਤਫਸੀਲ ਆਪਾਂ ਖੁਰਮ ਬਾਈ ਕੋਲ ਲੈ ਲੈਂਦੇ ਹਾਂ। ਮੱਥਾ ਚਾਵੀ ਜ਼ਰਾ ਇਹਦਾ ਮੱਥਾ ਵੀ ਵੇਖ ਸਕਦੇ ਤੁਸੀਂ, ਕਾਨ ਜੋੜ ਵਛੇਰੀ ਆ ਘੋੜੀ। ਖੁਰਮ ਇਹਦਾ ਕੱਦ ਕਿਤਨਾ ਹੈਗਾ? 62 ਇੰਚ ਹੈ। ਅਜ਼ਰ ਆਈ ਜ਼ਰਾ ਇੰਚੀ ਟੇਪ ਮਾਰੀ, ਦੂਜੇ ਪਾਸੇ ਐਂ ਜੇ ਪਹਿਲੇ ਇੰਚੀ ਟੇਪ ਥੋੜ੍ਹੀ ਜਿਹੀ ਖੋਲ ਲੈ, ਨਾਲ ਜਾਂ ਪੈਰ ਲਾ ਲੈ, ਪੈਰ ਲਾਣਾ, ਪੈਰ ਲਾ ਇੱਥੋਂ, ਉਹ ਕੰਮ ਕਰ ਲਿਆ ਨੇ ਨਾ ਫੌਜੀਆਂ ਨੂੰ, ਖੋਲ ਲਾ ਥੋੜ੍ਹੀ ਜਿਹੀ ਇੰਚੀ ਟੇਪ ਲੰਮੀ ਕਰ, ਉੱਤੋਂ ਹੱਥ ਰੱਖ, ਉੱਤੋਂ ਹੱਥ ਰੱਖ ਨਾ, ਜੇ ਛੱਡਣਾ ਤੇ ਉਸ ਤੋਂ ਮੁੜ। ਚੱਲ ਹੁਣ ਇੱਥੇ ਨਾਲ ਲਾ ਕੇ ਪੈਰ ਰੱਖ,
ਪੈਰ ਹੀ ਆਪਣਾ ਬਚਣਾ। ਔਰ ਤੂੰ ਇੱਥੇ ਛੱਡ 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 ਤੇ ਲੱਗ ਗਏ ਲਓ ਬੇਲੀ ਘੋੜੀ ਤੁਸੀਂ ਵੇਖ ਸਕਦੇ ਹੋ 62 ਇੰਚ ਘੋੜੀ ਆ ਜੀ ਭਾਈ ਜੀ ਨਾਲ ਨਹੀਂ ਬੋਲਿਆ ਜੀ ਨਾਲ ਲਾਈ ਪਿੱਛੇ ਪਿੱਛੇ ਨਾਲ ਲਾਉਣੇ ਇਹ ਇੱਥੇ ਹਾਂਜੀ 62 ਤੋਂ ਉੱਤੇ ਹੀ ਹੈ ਜੀ ਕੋ ਸੈਂਟੀ ਸਾਡੇ ਤਰੀਕਾਕਾਰ ਦੇ ਮੁਤਾਬਕ ਸਵਾਰੀ ਦੀ ਸਵਾਰੀ ਬਿਲਕੁਲ ਸਾਫ ਚੜੋ ਬੱਲਾ ਇਹਦੇ ਉੱਤੇ ਜ਼ਰਾ ਇਹਦੀ ਸਵਾਰੀ ਵਿਖਾਓ ਆ ਤਾਲ ਲੈ ਘੋੜੀ ਦੀ ਸਵਾਰੀ ਤੁਸੀਂ ਵੇਖ ਸਕਦੇ ਹੋ ਮਾਸ਼ਾਅੱਲਾ ਲੈ ਆਵਾਈ ਇਹਨੂੰ ਇੱਥੇ ਮਾਸ਼ਾਅੱਲਾ ਸਵਾਰੀ ਬੇਲੀ ਹੋਈ ਦੀ ਵੇਖ ਲਓ ਹੱਥਾਂ ਪੈਰਾਂ ਨੂੰ ਨਜ਼ਰ ਮਾਰ ਲੈਣੀ ਹੈ ਲੈ ਆ ਖੁਰਮ ਭਾਈ ਖੁਰਮ ਭਾਈ ਘੋੜੀ ਦੀ ਕੀ ਉਮਰ ਹੈ ਉਮਰ ਜੀ ਹੁਣ 4 ਸਾਲ ਲੱਗੇ 4 ਸਾਲ ਲੱਗੇ ਜੀ ਹਾਂ ਪੱਕੇ 4 ਹੈ ਜੀ ਪੱਕੇ 4 ਹੈ ਇਹਦਾ ਰੰਗ ਕੀ ਹੈ ਰੰਗ ਜੀ ਗਰੜਾ ਚੰਬਾ ਗਰੜਾ ਜੀ ਚੰਬਾ ਗਰੜਾ ਜੀ ਅੱਛਾ ਤੇ ਕੋਈ ਸੂਆ ਸੋਈ ਹੋਈ ਹੈ ਭਾਈ ਜੀ ਸਾਡੀ ਮੁੱਲ ਖਰੀਦੇ ਮਾਲਕਾਂ ਦਾ ਖੁਣ ਹੁਣ ਘੋੜਾ ਕਰਾਸ ਕੀਤਾ ਹੈ ਅਗਲਾ ਬਿਹਤਰ ਜਾਣੇ ਤੁਸੀਂ ਖਾਲੀ ਕਰਕੇ ਦੇਵਣੀ ਹੈ ਜੀ ਅਸਾਂ ਖਾਲੀ ਕਰਕੇ ਦੇਵਣੀ ਅਸਾਂ ਖਾਲੀ ਕਰਕੇ ਜੀ ਚਲੋ ਲਈ ਵੀ ਖਾਲੀ ਕਰਤੇ ਦੇਵਣੀ ਖਾਲੀ ਕਰਤੇ ਜੀ ਅੱਛਾ ਜੀ ਘੋੜੀ ਵੇਖੋ ਇਹਨੂੰ ਤੱਕ ਮਾਰ ਲੋ ਇਹਦੇ ਹੱਥਾਂ ਪੈਰਾਂ ਨੂੰ ਨਜ਼ਰ ਮਾਰੋ ਮਾਸ਼ਾਅੱਲਾ ਮੱਥਾ ਚਾਵੀ ਇਹਦਾ ਮੂੰਹ ਪੱਟੀ ਕੀ ਉਮਰ ਹੈ ਘੋੜੀ ਦੀ ਉਮਰ 6 ਸਾਲ ਹੈ 6 ਸਾਲ ਹੈ ਠੀਕ ਠੀਕ ਲਓ ਮੇਰੀ 6 ਸਾਲ ਘੋੜੀ ਦੀ ਉਮਰ ਹੈ ਰੰਗ ਹੈ ਇਹਦਾ 1.25 ਇੰਚ ਟੇਪ ਇਹਦੀ ਕਰ ਲੈਂਦੇ ਹਾਂ ਬਾਕੀ ਘੋੜੀ ਦੇ ਹੱਥਾਂ ਪੈਰਾਂ ਨੂੰ ਨਜ਼ਰ ਮਾਰ ਲਓ ਪੁੱਠਿਆਂ ਨੂੰ ਨਿਗਾਹ ਮਾਰੋ ਮਾਸ਼ਾਅੱਲਾ ਸਵਾਰੀ ਦੀ ਅੱਛਾ ਖੁਰਮ ਭਾਈ ਬਾਹਰ ਉਛਾਲ ਇਹਦੇ ਉੱਤੇ ਬਾਅਦ ਵਿੱਚ ਇਹਦੀ ਇੰਚੀ ਟੇਪ ਕਰਦੇ ਹਾਂ ਮਾਸ਼ਾਅੱਲਾ ਖੁਰਮ ਟੋਰੇ ਵਾਲੀ ਹੈ ਮਾਸ਼ਾਅੱਲਾ ਜੀ ਘੋੜੀ ਸਵਾਰੀ ਵੀ ਸਾਫ਼ ਹੈ ਟੋਰਾ ਵੀ ਹੈ ਘੋੜੀ ਕੋਲ ਲੈ ਆਓ ਜੀ ਇਹਨੂੰ ਖੁਰਮ ਘੋੜੀ ਦੀ ਕੀ ਉਮਰ ਹੈ 6 ਸਾਲ ਜੀ ਇਹਦਾ ਰੰਗ ਕੀ ਹੈ ਚਿੱਟਾ ਸਾਵਾ ਜੀ
पिछे दो त्रै सुबह सोई है ख्वाहिश मंद ज्यादा प्यार मोहब्बत कर सा जी। अच्छा। लो बेलियो खुरम बाई दी तुसीं गोड़ियां वेख लईआं ने, डिटेल शेयर हो गई है, खुरम दा राबता नंबर दोस्तों दे नाल शेयर हो गया। वीडियो किवें दी लगी है लाजमी दसना, वीडियो नूं लाइक करो, शेयर करो, अपने वीर सगीर बास नूं दिओ इजाजत। रब रखा।